ਹਾਂਜੀ ਸਵਾਗਤ ਕੀਤਾ ਜਾਂਦਾ ਜੀ ਤੁਹਾਡੇ ਆਪਣੇ ਚੈਨਲ HiFi Exam Study ਦੇ ਵਿੱਚ ਮੈਂ ਹਾਂ ਅੰਦਰ ਅੱਜ ਇਹ ਆਪਣਾ ਇੰਡੀਅਨ ਪਾਰਟੀ ਤੇ ਨਵਾਂ ਲੈਕਚਰ ਹੈ ਜੀ ਇਹ ਜਿਹੜਾ ਲੈਕਚਰ ਹੈ ਤੁਹਾਡੇ ਪੇਪਰ ਦੇ ਪੁਆਇੰਟ ਆਫ 2 ਤੋਂ ਕਾਫੀ ਮਹੱਤਵਪੂਰਨ ਹੈ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਪ੍ਰਸ਼ਨ ਨੰਬਰ 1 ਸਰਦਾਰ ਸਵਰਨ ਸਿੰਘ ਕਮੇਟੀ ਦਾ ਸਬੰਧ ਕਿਸ ਦੇ ਨਾਲ ਹੈ ਤੇ ਇਹਨਾਂ ਚਾਰਾਂ ਦੇ ਵਿੱਚੋਂ ਸਰਦਾਰ ਸਵਰਨ ਸਿੰਘ ਕਮੇਟੀ ਦਾ ਸਬੰਧ ਕਿਸ ਦੇ ਨਾਲ ਹੈ ਜੀ ਤਾਂ ਉਹ ਹੈ ਆਪਸ਼ਨ ਨੰਬਰ 3 2 ਮੌਲਿਕ ਕਰਤੱਵਾਂ ਦੇ ਨਾਲ ਸਰਦਾਰ ਸੁਭਾਨ ਸਿੰਘ ਕਮੇਟੀ ਦਾ ਸੰਬੰਧ ਮੌਲਿਕ ਕਰਤੱਵਾਂ ਦੇ ਨਾਲ ਹੈ। ਪ੍ਰਸ਼ਨ ਨੰਬਰ 2 ਮੌਲਿਕ ਕਰਤੱਵ ਕਿਸ ਸੰਸ਼ੋਧਨ ਦੁਆਰਾ ਭਾਰਤੀ ਸੰਵਿਧਾਨ ਅੰਦਰ ਜੋੜੇ ਗਏ? ਤਾਂ ਕਿਹੜਾ ਸੰਸ਼ੋਧਨ ਸੀਗਾ ਜੀ? ਤਾਂ ਉਹ ਸੰਸ਼ੋਧਨ ਸੀਗਾ ਆਪਸ਼ਨ ਨੰਬਰ 3 42ਵਾਂ ਸੰਵਿਧਾਨ ਸੰਸ਼ੋਧਨ ਜਿਹੜਾ ਕਿ 1976 ਦੇ ਵਿੱਚ ਹੋਇਆ ਸੀ। ਇਸ ਦੇ ਦੁਆਰਾ ਮੌਲਿਕ ਕਰਤੱਵਾਂ ਨੂੰ ਭਾਰਤੀ ਸੰਵਿਧਾਨ ਦੇ ਅੰਦਰ ਜੋੜਿਆ ਗਿਆ। ਪ੍ਰਸ਼ਨ ਨੰਬਰ 3 ਵਰਤਮਾਨ ਸਮੇਂ ਮੌਲਿਕ ਕਰਤੱਵਾਂ ਦੀ ਸੰਖਿਆ ਕਿੰਨੀ ਹੈ ਤਾਂ ਕਿੰਨੀ ਹੈ ਜੀ ਵਰਤਮਾਨ ਸਮੇਂ ਮੌਲਿਕ ਕਰਤੱਵਾਂ ਦੀ ਸੰਖਿਆ ਤਾਂ ਉਹ ਹੈ ਜੀ অপਸ਼ਨ ਨੰਬਰ 4 11 ਵਰਤਮਾਨ ਸਮੇਂ 11 ਨੇ ਤੇ ਪਹਿਲਾਂ ਇਹ ਹੁੰਦੇ ਸੀਗੇ 10 ਪ੍ਰਸ਼ਨ ਨੰਬਰ 4 اٹਾਰਨੀ ਜਨਰਲ ਦੇ ਪਦ ਦੇ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ ਤਾਂ ਕਿਹੜਾ ਆਰਟੀਕਲ ਹੈ ਜੀ ਜੋ ਕਿ اٹਾਰਨੀ ਜਨਰਲ ਦੇ ਪਦ ਦੇ ਨਾਲ ਸੰਬੰਧਿਤ ਹੈ ਤਾਂ ਉਹ ਹੈ ਜੀ অপਸ਼ਨ ਨੰਬਰ 4 ਆਰਟੀਕਲ 76 ਜੋ ਕਿ اٹਾਰਨੀ ਜਨਰਲ ਦੇ ਪਦ ਦੇ ਨਾਲ ਸੰਬੰਧਿਤ ਹੈ। ਪ੍ਰਸ਼ਨ ਨੰਬਰ 5 اٹਾਰਨੀ ਜਨਰਲ ਦੀ ਨਿਯੁਕਤੀ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ? ਤਾਂ اٹਾਰਨੀ ਜਨਰਲ ਨੂੰ ਕੌਣ ਨਿਯੁਕਤ ਕਰਦਾ ਜੀ? ਤਾਂ ਉਹ ਕਰਦਾ ਹੈ অপਸ਼ਨ ਨੰਬਰ 4 ਰਾਸ਼ਟਰਪਤੀ। اٹਾਰਨੀ ਜਨਰਲ ਦੀ ਜਿਹੜੀ ਨੁਕਤੀ ਹੈਗੀ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 6 اٹਾਰਨੀ ਜਨਰਲ ਦਾ ਕਾਰਜਕਾਲ ਕਿੰਨੇ ਸਮੇਂ ਦਾ ਹੁੰਦਾ ਹੈ? ਤਾਂ ਕਿੰਨੇ ਸਮੇਂ ਦਾ ਹੁੰਦਾ ਜੀ اٹਾਰਨੀ ਜਨਰਲ ਦਾ ਕਾਰਜਕਾਲ? ਤਾਂ ਉਹ ਹੁੰਦਾ ਜੀ অপਸ਼ਨ ਨੰਬਰ 4 ਰਾਸ਼ਟਰਪਤੀ ਦੀ ਇੱਛਾ ਦੇ ਅਨਸਾਰ ਰਾਸ਼ਟਰਪਤੀ ਦੀ ਇੱਛਾ ਦੇ ਅਨਸਾਰ ਹੁੰਦਾ ਵਾ اٹਾਰਨੀ ਜਨਰਲ ਦਾ ਕਾਰਜ ਕਰਦਾ ਪ੍ਰਸ਼ਨ ਨੰਬਰ 7 ਪਰਿਸੀਮਨ ਆਯੋਗ ਦਾ ਗਠਨ ਹੁਣ ਤੱਕ ਕਿੰਨੀ ਵਾਰ ਹੋਇਆ ਹੈ ਤਾਂ ਕਿੰਨੀ ਵਾਰ ਹੁਣ ਤੱਕ ਪਰਿਸੀਮਨ ਆਯੋਗ ਦਾ ਜਿਹੜਾ ਗਠਨ ਹੈਗਾ ਉਹ ਹੋ ਚੁੱਕਿਆ ਜੀ ਤਾਂ ਉਹ ਹੋ ਚੁੱਕਿਆ ਆਪਸ਼ਨ ਨੰਬਰ 2 ਚਾਰ ਵਾਰ ਕਿਹੜੇ-ਕਿਹੜੇ ਸਾਲ ਹੋਇਆ ਸੀਗਾ ਇੱਕ ਤਾਂ ਹੋਇਆ ਸੀਗਾ 1952 ਦੇ ਵਿੱਚ ਇੱਕ 62 ਚ ਇੱਕ 73 ਤੇ ਇੱਕ 2002 ਦੇ ਵਿੱਚ ਚਾਰ ਵਾਰ ਹੋ ਚੁੱਕਿਆ ਜੀ। ਪ੍ਰਸ਼ਨ ਨੰਬਰ 8 ਕਿਹੜਾ ਆਰਟੀਕਲ ਕਹਿੰਦਾ ਹੈ ਕਿ ਸਾਰੇ ਰਾਜਾਂ ਦੇ ਲਈ ਹਾਈ ਕੋਰਟ ਹੋਵੇਗਾ? ਤੇ ਇਹਨਾਂ ਆਰਟੀਕਲਾਂ ਦੇ ਵਿੱਚੋਂ ਕਿਹੜਾ ਆਰਟੀਕਲ ਕਹਿੰਦਾ ਹੈ ਵੀ ਸਾਰੇ ਰਾਜਾਂ ਦੇ ਲਈ ਹਾਈ ਕੋਰਟ ਹੋਵੇਗਾ? ਤਾ ਉਹ ਆਰਟੀਕਲ ਕਹਿੰਦਾ ਜੀ 214 অপਸ਼ਨ ਨੰਬਰ 4। ਪ੍ਰਸ਼ਨ ਨੰਬਰ 9 ਕਿਹੜੇ ਸੰਸ਼ੋਧਨ ਦੁਆਰਾ ਪੁੰਡੇਚੇਰੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਭਾਰਤ ਦੇ ਵਿੱਚ ਸ਼ਾਮਲ ਕੀਤਾ ਗਿਆ? ਤਾਂ ਕਿਹੜੇ ਸੰਸ਼ੋਧਨ ਦੇ ਦੁਆਰਾ ਪੁੰਡੇਚੇਰੀ ਨੂੰ ਭਾਰਤ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਸ਼ਾਮਲ ਕੀਤਾ ਗਿਆ ਜੀ ਤਾਂ ਇਹ ਕੀਤਾ ਗਿਆ ਆਪਸ਼ਨ ਨੰਬਰ 4 14ਵੇਂ ਸੰਵਿਧਾਨ ਸੰਸ਼ੋਧਨ ਦੁਆਰਾ 14ਵੇਂ ਸੰਵਿਧਾਨ ਸੰਸ਼ੋਧਨ ਦੁਆਰਾ ਪੁੰਡੇਚੇਰੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਭਾਰਤ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਜੀ ਪ੍ਰਸ਼ਨ ਨੰਬਰ 10 ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਕੌਣ ਸਨ ਤੇ ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਕੌਣ ਸਨ ਜੀ ਤਾਂ ਉਹ ਸਨ ਆਪਸ਼ਨ ਨੰਬਰ 3 ਰਜੀਵ ગાંધી ਰਜੀਵ ગાંધી ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਸਨ ਪ੍ਰਸ਼ਨ ਨੰਬਰ 11 ਹੁਣ ਤੱਕ ਕਿੰਨੇ ਪ੍ਰਧਾਨ ਮੰਤਰੀਆਂ ਦੀ ਅਹੁਦੇ ਤੇ ਰਹਿੰਦਿਆਂ ਮੌਤ ਹੋਈ ਤਾਂ ਕਿੰਨੇ ਪ੍ਰਧਾਨ ਮੰਤਰੀਆਂ ਦੀ ਅਹੁਦੇ ਤੇ ਰਹਿੰਦੇ ਮੌਤ ਹੋਈ ਜੀ ਤਾਂ ਹੋਈ অপਸ਼ਨ ਨੰਬਰ 3 ਤਿੰਨ ਪ੍ਰਧਾਨ ਮੰਤਰੀਆਂ ਦੀ ਤਾਂ ਕਿਹੜੇ-ਕਿਹੜੇ ਸੀਗੇ ਜੀ ਇੱਕ ਤਾਂ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਦੂਸਰੇ ਲਾਲ ਭਾਦਰ ਸ਼ਾਸਤਰੀ ਤੇ ਤੀਸਰੀ 인드라 간디 ਠੀਕ ਹੈ ਜੀ ਪ੍ਰਸ਼ਨ ਨੰਬਰ 12 ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦੇਣ ਵਾਲਾ ਪਹਿਲਾ ਪ੍ਰਧਾਨ ਮੰਤਰੀ ਕਿਹੜਾ ਸੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦੇਣ ਵਾਲਾ ਪਹਿਲਾ ਪ੍ਰਧਾਨ ਮੰਤਰੀ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਸੀਗਾ ਜੀ ਤਾਂ ਉਹ ਸੀ অপਸ਼ਨ ਨੰਬਰ 3 ਮੋਰਾਰਜੀ ਦੇਸਾਈ ਮੋਰਾਰਜੀ ਦੇਸਾਈ ਨੇ ਅਸਤੀਫਾ ਦਿੱਤਾ ਸੀਗਾ ਜੀ ਪ੍ਰਧਾਨ ਮੰਤਰੀ ਅਹੁਦੇ ਤੋਂ ਪ੍ਰਸ਼ਨ ਨੰਬਰ 13 ਪ੍ਰਧਾਨ ਮੰਤਰੀ ਬਣਨ ਦੇ ਲਈ ਘੱਟੋ ਘੱਟ ਉਮਰ ਸੀਮਾ ਕੀ ਹੈ ਤਾਂ ਉਮਰ ਸੀਮਾ ਕੀ ਹੈ ਜੀ ਪ੍ਰਧਾਨ ਮੰਤਰੀ ਬਣਨ ਦੇ ਲਈ ਤਾਂ ਉਹ ਘੱਟੋ ਘੱਟ ਉਮਰ ਸੀਮਾ ਹੈਗੀ ਹੈ ਜੀ ਆਪਸ਼ਨ ਨੰਬਰ 3 25 ਸਾਲ 25 ਸਾਲ ਆ ਜੀ ਪ੍ਰਧਾਨ ਮੰਤਰੀ ਬਣਨ ਦੇ ਲਈ ਉਮਰ ਸੀਮਾ ਘੱਟੋ ਘੱਟ ਪ੍ਰਸ਼ਨ ਨੰਬਰ 14 ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਨੂੰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਤਾਂ ਕਿਹੜੇ ਦੇਸ਼ ਤੋਂ ਲਿਆ ਗਿਆ ਜੀ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਨੂੰ ਤਾਈ ਲਿਆ ਗਿਆ ਜੀ ਆਪਸ਼ਨ ਨੰਬਰ 4 ਕੈਨੇਡਾ ਦੇ ਸੰਵਿਧਾਨ ਤੋਂ ਕੈਨੇਡਾ ਦੇ ਸੰਵਿਧਾਨ ਤੋਂ ਲਿਆ ਗਿਆ ਜੀ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡਨ ਪ੍ਰਸ਼ਨ ਨੰਬਰ 15 11ਵੀਂ ਨਿਸ਼ਚੀ ਦੇ ਅੰਦਰ ਕਿੰਨੇ ਵਿਸ਼ੇ ਹਨ ਤਾਂ ਕਿੰਨੇ ਵਿਸ਼ੇ ਨੇ ਜੀ 11ਵੀਂ ਨਿਸ਼ਚੀ ਦੇ ਅੰਦਰ ਤਾਂ ਉਹ ਹਨ ਆਪਸ਼ਨ ਨੰਬਰ 4 29 ਵਿਸ਼ੇ 29 ਵਿਸ਼ੇ ਨੇ 11ਵੀਂ ਨਿਸ਼ਚੀ ਦੇ ਅੰਦਰ ਪ੍ਰਸ਼ਨ ਨੰਬਰ 16 12ਵੀਂ ਨਿਸ਼ਚੀ ਦੇ ਅੰਦਰ ਕਿੰਨੇ ਵਿਸ਼ੇ ਹਨ ਤਾਂ 12ਵੀਂ ਸੂਚੀ ਦੇ ਅੰਦਰ ਕਿੰਨੇ ਵਿਸ਼ੇ ਨੇ ਜੀ ਤਾਂ ਉਹ ਨੇ অপਸ਼ਨ ਨੰਬਰ 1 18 ਵਿਸ਼ੇ 12ਵੀਂ ਸੂਚੀ ਦੇ ਵਿੱਚ 18 ਵਿਸ਼ੇ ਨੇ ਤੇ 11ਵੀਂ ਸੂਚੀ ਦੇ ਵਿੱਚ 29 ਵਿਸ਼ੇ ਨੇ ਪ੍ਰਸ਼ਨ ਨੰਬਰ 17 10ਵੀਂ ਅਨੁਸੂਚੀ ਨੂੰ ਕਿਸ ਸੰਸ਼ੋਧਨ ਦੁਆਰਾ ਸੰਵਿਧਾਨ ਅੰਦਰ ਜੋੜਿਆ ਗਿਆ ਤਾਂ 10ਵੀਂ ਅਨੁਸੂਚੀ ਨੂੰ ਕਿਸ ਸੰਵਿਧਾਨ ਸੰਸ਼ੋਧਨ ਦੇ ਦੁਆਰਾ ਸੰਵਿਧਾਨ ਦੇ ਅੰਦਰ ਜੋੜਿਆ ਗਿਆ ਤਾਂ ਇਹ ਜੋੜਿਆ ਗਿਆ ਜੀ অপਸ਼ਨ ਨੰਬਰ 4 52ਵੇਂ ਸੰਵਿਧਾਨ ਸੋਧਨ ਦੇ ਦੁਆਰਾ ਜਿਹੜਾ ਕਿ 1985 ਦੇ ਵਿੱਚ ਹੋਇਆ ਸੀ ਪ੍ਰਸ਼ਨ ਨੰਬਰ 18 ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕਿਸ ਅਨੁਸੂਚੀ ਦੇ ਵਿੱਚ ਹੈ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕਿਸ ਅਨੁਸੂਚੀ ਦੇ ਵਿੱਚ ਦਰਜ ਹੈ ਤ ਇਹ ਦਰਜ ਹੈ ਜੀ অপਸ਼ਨ ਨੰਬਰ 4 7 ਨੰਬਰ ਅਨੁਸੂਚੀ ਦੇ ਵਿੱਚ ਪ੍ਰਸ਼ਨ ਨੰਬਰ 19 ਸੰਵਿਧਾਨ ਦੇ ਅੰਦਰ ਕਿੰਨੇ ਪ੍ਰਕਾਰ ਦੀਆਂ ਸੂਚੀਆਂ ਹਨ ਤਾਂ ਕਿੰਨੇ ਪ੍ਰਕਾਰ ਦੀਆਂ ਸੂਚੀਆਂ ਨੇ ਜੀ ਸੰਵਿਧਾਨ ਦੇ ਅੰਦਰ ਤਾਂ ਇਹ ਹਨ ਆਪਸ਼ਨ ਨੰਬਰ 2 ਤਿੰਨ ਪ੍ਰਕਾਰ ਦੀਆਂ ਤਿੰਨ ਪ੍ਰਕਾਰ ਦੀਆਂ ਸੂਚੀਆਂ ਨੇ ਜੀ ਸੰਵਿਧਾਨ ਦੇ ਅੰਦਰ ਪਹਿਲੀ ਹੈਗੀ ਹੈ ਜੀ ਸੰਘ ਸੂਚੀ ਦੂਸਰੀ ਹੈਗੀ ਹੈ ਜੀ ਰਾਜ ਸੂਚੀ ਤੇ ਤੀਸਰੀ ਹੈਗੀ ਹੈ ਜੀ ਸੰਵਰਤੀ ਸੂਚੀ ਸੰਘ ਸੂਚੀ ਦੇ ਵਿੱਚ ਕੇਂਦਰ ਸਰਕਾਰ ਆ ਜਿਹੜੀ ਕਾਨੂੰਨ ਬਣਾ ਸਕਦੀ ਹੈ ਰਾਜ ਸੂਚੀ ਦੇ ਵਿੱਚ ਰਾਜ ਸਰਕਾਰ ਕਾਨੂੰਨ ਬਣਾ ਸਕਦੀ ਹੈ ਤੇ ਸੰਵਰਤੀ ਸੂਚੀ ਦੇ ਵਿੱਚ ਦੋਨੋਂ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਨੇ ਪ੍ਰਸ਼ਨ ਨੰਬਰ B ਵਰਤਮਾਨ ਸਮੇਂ ਸੰਘ ਸੂਚੀ ਦੇ ਅੰਦਰ ਕਿੰਨੇ ਵਿਸ਼ੇ ਹਨ ਵਰਤਮਾਨ ਸਮੇਂ ਸੰਘ ਸੂਚੀ ਦੇ ਵਿੱਚ ਕਿੰਨੇ ਵਿਸ਼ੇ ਹਨ ਇਸ ਪ੍ਰਸ਼ਨ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੇਣਾ ਹੈ ਜੀ ਤਾਂ ਹੈ ਸੀਗਾ ਜੀ ਅੱਜ ਦਾ ਆਪਣਾ ਇੰਡੀਅਨ ਪੋਲਿਟੀ ਤੇ ਲੈਕਚਰ ਨੰਬਰ 9 ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਦੀਆਂ ਹੀ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ highfly exam study ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ